ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ, ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਹ ਇੰਸੀਡੈਂਟ ਹੋਇਆ, ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾਈ। ਸਾਡੇ ਲੀਡਰ ਇੱਥੇ ਪਰਸਨਲੀ ਆਏ, ਤੁਹਾਡਾ ਦਾਸ ਵੀ ਆਇਆ, ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਵੀ ਆਏ, ਘਰ ਬੈਠ ਕੇ ਗਏ। ਉਹਨਾਂ ਦਾ ਮਨ ਇਹ ਸੀ ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਹੈ। ਮੂਸੇਵਾਲਾ ਸਾਹਿਬ ਨੂੰ ਪੁੱਛੋ, ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਹੈ ਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਹਾ, ਸਾਨੂੰ ਜਸਟਿਸ ਨਹੀਂ ਦਵਾ ਰਿਹਾ, ਆਪ ਆਪਣੀ ਗੱਡੀ ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ। ਤੁਸੀਂ ਬਹੁਤ ਇੱਜ਼ਤ ਕਰਦੇ ਹੋ, ਬਹੁਤ ਮਾਣ ਕਰਦੇ ਹੋ ਤੇ ਜੇ ਯਕੀਨ ਕਰਦੇ ਹੋ, ਸਾ ਬਲਕੌਰ ਸਿੰਘ ਜੀ ਉਹਨੇ ਉੱਠ ਕੇ ਇੱਕ ਵਾਰ ਕਹਿ ਦਿਓ ਕਿ ਮੇਰਾ ਛੋਟਾ ਵੀਰ ਆਇਆ, ਮੈਂ ਉਹਦੀ ਜ਼ੁਬਾਨ ਤੇ ਵਿਸ਼ਵਾਸ ਕਰਨਾ। ਉਹ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ ਤੇ ਸਾ ਬਲਕੌਰ ਸਿੰਘ ਨੂੰ ਗੁਜ਼ਾਰੇ। ਸੋਸ਼ਲ ਮੀਡੀਆ ਤੇ ਬੀਤੇ ਦਿਨਾਂ ਤੋਂ ਇੱਕ ਵੱਡੀ ਚਰਚਾ ਛਿੜੀ ਹੋਈ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਆਜ਼ਾਦ ਉਮੀਦਵਾਰੀ ਦੇ ਵਿੱਚ ਖੜ ਜਾਣ। ਜਿਸ ਤੋਂ ਬਾਅਦ ਇੱਕ ਪਾਸੇ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੀ ਖਲਬਲੀ ਮੱਚ ਗਈ, ਜਿਸ ਤੋਂ ਬਾਅਦ ਤੁਰੰਤ ਹੀ ਇਸ ਮਾਮਲੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਪਹੁੰਚਦੇ ਨੇ ਅਤੇ ਇਸ ਮਾਮਲੇ ਦੇ ਵਿੱਚ ਬਲਕੌਰ ਸਿੱਧੂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਬੰਦ ਕਮਰਾ ਮੀਟਿੰਗ ਕਰਦੇ ਹੈ। ਮੀਟਿੰਗ ਲੰਮਾ ਸਮਾਂ ਚੱਲਦੀ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਬਾਹਰ ਆ ਕੇ ਸਾਰਾ ਕੁਝ ਦੱਸਿਆ ਜਾਂਦਾ ਹੈ ਕਿ ਆਖਿਰ ਕੀ ਬਲਕੌਰ ਸਿੱਧੂ ਆਜ਼ਾਦ ਉਮੀਦਵਾਰ ਦੇ ਵਜੋਂ ਖੜਦੇ ਪਏ ਨੇ ਜਾਂ ਫਿਰ ਕੀ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਉਮੀਦਵਾਰੀ ਦੀ ਟਿਕਟ ਦਿੱਤੀ ਗਈ ਸੀ, ਪਰ ਉਹਨਾਂ ਦੇ ਵੱਲੋਂ ਅਜਿਹਾ ਕੀ ਜਵਾਬ ਆਇਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਇੱਕ ਪਾਸੇ ਬਲਕੌਰ ਸਿੱਧੂ ਬੈਠੇ ਨੇ ਅਤੇ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਪ੍ਰਤਾਪ ਬਾਜਵਾ ਦੇ ਵੱਲੋਂ ਸਾਰੀ ਗੱਲਬਾਤ ਦੱਸੀ ਜਾ ਰਹੀ ਹੈ। ਕੋਦੀ ਸਾਹਿਬ ਤੇ ਮੇਰੇ ਮਾਨਸੇ ਹਲਕੇ ਤੋਂ ਹੋ ਸਕਦਾ ਕੋਈ ਬਾਹਰ ਦਾ ਵੀ ਮੇਰਾ ਕੋਈ ਭਰਾ ਹੋਏ, ਸਾਡੀ ਜਿਹੜੀ ਕੋਰ ਟੀਮ ਹੈ ਜਿਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ, ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਭਰਾ, ਇਹਨਾਂ ਦੀ ਬਹੁਤ ਅਹਿਮ ਭੂਮਿਕਾ ਹੈ। ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਹੁੰਚਾਉਣ ਵਾਸਤੇ ਉਹ ਅੱਜ ਇੱਥੇ ਬੈਠੇ ਨੇ। ਸਾ ਬਲਕੌਰ ਸਿੰਘ ਜੀ, ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਮੇਰੀ ਪਹਿਲੀ ਮੁਲਾਕਾਤ ਸਾ ਬਲਕੌਰ ਸਿੰਘ ਹੋਣਾ ਨਾਲ, ਸਾ ਚਮਕੌਰ ਸਿੰਘ ਹੋਣਾ ਨਾਲ ਤੇ ਸਿੱਧੂ ਮੂਸੇਵਾਲਾ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ, ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ, ਇਹ ਤੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ, ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ, ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ, ਮੇਰੀ ਮੁਲਾਕਾਤ ਨਹੀਂ ਸੀ। ਬਦਕਿਸਮਤੀ ਨਾਲ ਮੁਲਾਕਾਤ ਉਦੋਂ ਹੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ, ਬਟ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ। ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ। ਪਾਰਟੀ ਦੀ ਹਾਈ ਕਮਾਂਡ ਨੇ
ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰ ਦੇ ਦਿਲ ਵਿੱਚ ਉਹਨਾਂ ਦਾ ਬਹੁਤ ਮਨ ਵਿੱਚ ਖਾਹਸ ਸੀ ਕਿ ਸਾਹਿਬ ਬਲਕੌਰ ਸਿੰਘ ਹੁਣੀ, ਕਿਉਂਕਿ ਸਿੱਧੂ ਮੂਸੇ ਵਾਲੇ ਨੂੰ ਹਰ ਪੰਜਾਬੀ ਦੁਨੀਆ ਭਰ ਚ ਬੈਠਾ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਦਤੀ ਹੋਈ ਤੇ ਜਿਹੜੀ ਜ਼ਿਆਦਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਾਹਿਬ ਬਲਕੌਰ ਸਿੰਘ ਜੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਇਹ ਕੋਈ ਇੰਡੀਵਿਜੁਅਲ ਐਕਟ ਨਹੀਂ ਹੈ, ਇਹ ਇੱਕ ਸਾਜਿਸ਼ ਦੇ ਅਧੀਨ ਇੱਕ ਨੌਜਵਾਨ ਉਭਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੈਮਾਨੇ ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਹ ਇੰਸੀਡੈਂਟ ਹੋਇਆ, ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾ। ਸਾਡੇ ਲੀਡਰ ਇੱਥੇ ਪਰਸਨਲੀ ਆਏ, ਤੁਹਾਡਾ ਦਾਸ ਵੀ ਆਇਆ, ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਵੀ ਆਏ, ਘਰ ਬੈਠ ਕੇ ਗਏ। ਉਹਨਾਂ ਦਾ ਮਨ ਇਹ ਸੀ ਕਿ ਜਸਟਿਸ ਲੈਣ ਵਾਸਤੇ ਸਿੱਧੂ ਮੂਸੇਵਾਲੇ ਦੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ, ਉੱਥੇ ਗੱਲ ਜਿਹੜੀ ਹੈ ਚੁੱਕੀ ਜਾਏ। ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ, ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਸੀ। ਲਗਾਤਾਰ ਇਹ ਤਕਰੀਬਨ ਸਾਲ ਇਹ ਗੱਲ ਚੱਲਦੀ ਰਹੀ, ਅਖੀਰ ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ, ਇਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਮੈਨੂੰ ਕੋਈ ਆਪਣੀ ਘਰ ਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ ਤਸਲੀਮ ਕਰਨੀ ਪਏ ਨਾ ਮੇਰੇ ਕੋਲ ਯੈਸ ਕਰਨੀ ਪਏ। ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤੇ ਫਿਰ ਇਹ ਟਿਕਟ ਅਗਲੇ ਪਾਸੇ ਗਏ, ਇਸ ਦੇ ਬਾਵਜੂਦ ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ। ਮੈਂ ਸਾਹਿਬ ਚਮਕੌਰ ਸਿੰਘ ਨੂੰ ਬਾਅਦ ਦੇ ਵਿੱਚ ਬਕਾਇਦਾ ਤੌਰ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ, ਉੱਤੋਂ ਵੀ ਉਹ ਚਾਹੁੰਦੇ ਨੇ, ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ, ਮੈਂ ਵੀ ਕਿਹਾ ਸੀ ਕਿ ਪੱਕੇ ਤੌਰ ਜੀ ਤੁਸੀਂ ਫਿਕਰ ਨਾ ਕਰੋ, ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹੁੰਦੇ ਹਾਂ। ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ, ਇਹਨਾਂ ਦਾ ਤੇ ਇੱਕ ਨੌਜਵਾਨ ਬੱਚਾ ਜਿਹੜਾ ਉਹ ਨਹੀਂ ਰਿਹਾ, ਉਹ ਪਾਰਟੀ ਵੀ ਚਾਹੁੰਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਣਗੇ ਤੇ ਉੱਥੇ ਅਸੀਂ ਜਸਟਿਸ ਵੀ ਲਵਾਂਗੇ ਤੇ ਉਹ ਲੋਕ ਬੇਨਕਾਬ ਕਰਾਂਗੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਲ ਕੇ ਏਡੀ ਵੱਡੀ ਸਾਜਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਕੀਤੀ। ਪਰ ਚਲੋ ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ, ਫੈਸਲੇ ਤੋਂ ਬਾਅਦ ਜੀਤਪਿੰਦਰ ਸਿੰਘ ਸਿੱਧੂ ਜੀ ਨੂੰ ਇਹ ਸੀਟ ਦਿੱਤੀ ਗਈ। ਉਹਨਾਂ ਨੇ ਖੁਦ ਦੱਸਿਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ, ਇਹ ਗਏ ਨੇ ਮੈਨੂੰ ਦੱਸਿਆ ਸਾਡੀ ਬੜੀ ਅੱਛੀ ਮੁਲਾਕਾਤ ਹੋਈ ਹੈ। ਮੈਨੂੰ ਇਹ ਵੀ ਯਕੀਨ ਦਵਾਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ, ਜਿੱਥੇ ਵੀ ਜਾਓ ਅਸੀਂ ਤੁਹਾਡੀ ਮਦਦ ਵਾਸਤੇ ਜਿਹੜੇ ਬਾਹਰਲੇ, ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਹੈ, ਸਿੱਧੂ ਭਰਾ ਹੈ ਤੁਹਾਡਾ, ਕਾਂਗਰਸ ਭਰਾ ਹੈ ਤੁਹਾਡਾ, ਕਿਰਪਾ ਕਰਕੇ ਆਸ਼ੀਰਵਾਦ ਭਰਿਆ ਹੱਥ ਰੱਖੋ। ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਹੈ, ਇਹ ਪਾਰਲੀਮੈਂਟ ਚ ਵੀ ਲੜੇਗਾ ਤੇ ਜਿੱਦਣ ਤੁਹਾਡੀ ਸਰਕਾਰ 27 ਚ ਆ ਗਈ ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤੇ ਫਿਰ ਤੁਸੀਂ ਕਿਹੋ ਕਿ ਤੁਸੀਂ ਜਵਾਨਾਂ ਵਾਲੀ ਗੱਲ ਕੀਤੀ। ਮੈਂ ਤੁਹਾਨੂੰ ਯਕੀਨ ਦਵਾਉਣਾ ਚਾਹੁੰਦਾ ਜਿੰਨਾ ਤੁਹਾਨੂੰ ਦਰਦ ਹੈ ਉਨਾ ਹੀ ਸਾਨੂੰ, ਬਟ ਅਸੀਂ ਗੁਰੂ ਮਹਾਰਾਜ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ
ਜਿਹੜਾ ਛੋਟਾ ਸਿੱਧੂ ਮੂਸੇਵਾਲਾ ਆਇਆ ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ। ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇਖੋ, ਇੱਕ ਹੱਥੋਂ ਚੀਜ਼ ਲੈਣੀ ਦੂਜੇ ਹੱਥੋਂ ਚੀਜ਼ ਲੈਣੀ। ਤੋ ਇਸ ਗੱਲ ਕਾਰਨ ਜ਼ਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਵਾਵਾਂਗੀ ਸਮੁੱਚੀ ਪਾਰਟੀ, ਅਜੇ ਸਾਬਰ ਕੌਰ ਸਿੰਘ ਜੀ ਅਜੇ ਤੇ ਟਿਕਟਾਂ ਦੀ ਕੱਲ ਹੀ ਵੰਡ ਮੁਕੰਮਲ ਹੋਈ, ਅਜੇ ਇੱਕ ਰਹਿੰਦੀ ਫਿਰੋਜ਼ਪੁਰ। ਜਿੱਦਣ ਅਸੀਂ ਆਏ ਸਾਡੀ ਸਾਰੀ ਕੰਪੇਨ ਹੀ ਪੰਜਾਬ ਚ ਸਾਡੇ ਅਜ਼ੀਜ਼ ਦੇ ਨਾਂ ਤੇ ਚੱਲਣੀ, ਅਜੇ ਤੇ ਕੰਮ ਹੀ ਸ਼ੁਰੂ ਹੋਇਆ। ਅਜੇ ਤੇ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ, ਥੋੜਾ ਮੋਟਾ ਵਰਕਰ ਤਿਆਰ ਕਰੀਦੇ ਨੇ, ਕੋਠੋ ਜਾਗੋ ਸਾਰਾ। ਇਹ ਜਿੱਦਣ ਆ ਗਈ ਸਾਡੀ ਮੇਨ ਕੰਪੇਨ ਜਿਹੜੀ, ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਹੈ। ਮੂਸੇਵਾਲਾ ਸਾਹਿਬ ਨੂੰ ਪੁੱਛੋ, ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਹੈ ਤੇ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਹਾ, ਸਾਨੂੰ ਜਸਟਿਸ ਨਹੀਂ ਦਵਾ ਰਿਹਾ, ਆਪ ਆਪਣੀ ਗੱਡੀ ਚ ਲਿਜਾ ਕੇ ਵਿਧਾਨ ਸਭਾ ਦੇ ਬਾਹਰ ਤਗੜੇ ਹੋ ਕੇ ਧਰਨਾ ਮਾਰਿਆ, ਮਜਬੂਰ ਕੀਤਾ ਮੁੱਖ ਮੰਤਰੀ ਨੂੰ ਕਿ ਆਪਣਾ ਉੱਥੇ ਮਨਿਸਟਰ ਘੱਲਿਆ। ਮਨਿਸਟਰ ਨੇ ਵਿਸ਼ਵਾਸ ਦਵਾਇਆ ਕਿ ਇੰਨੇ ਦਿਨਾਂ ਚ ਤੁਹਾਡੀ ਮੀਟਿੰਗ ਕਰਾਵਾਂਗੇ, ਫਿਰ ਉਸ ਗੱਲ ਤੋਂ ਭੱਜੇ। ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ, ਇਹ ਬਕਾਇਦਾ ਤੌਰ ਭਾਜਪਾ ਦੀ ਬੀ ਟੀਮ। ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦਵਾਣਗੇ, ਜਸਟਿਸ ਨਹੀਂ ਦਵਾਣਗੇ। ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ। ਤੋ ਇਸ ਗੱਲ ਕਾਰਨ ਸਾਡਾ ਅਜ਼ੀਜ਼ ਸਾਡਾ ਛੋਟਾ ਵੀਰ ਤੁਹਾਨੂੰ ਵਚਨ ਦੇ ਕੇ ਚੱਲਿਆ, ਮਰਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ, ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਹੈ ਭੁਗਾਏਗਾ, ਇੱਥੇ ਪਾਰਟੀ ਭੁਗਾਏਗੀ। ਜੇ ਤੁਹਾਨੂੰ ਮੇਰੇ ਤੇ ਫੇਥ ਹੈ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ, ਇਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ। ਜੇ ਅਸੀਂ ਆਪਣੀ ਲੋਕ ਰਾਜ ਜਿਹੜੀ ਡੈਮੋਕਰੇਸੀ ਬਚਾਣੀ, ਜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਉਣਾ, ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ, ਜੇ ਕਿਸਾਨੀ ਤੇ ਖੇਤ ਮਜ਼ਦੂਰ ਬਚਾਉਣਾ, ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜਿਹੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਵਾ ਸਕੇ। ਤੋ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ ਮੋਟੀਆਂ ਕਮੀਆਂ ਨੇ, ਮੈਂ ਸਾ ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ ਮੈਂ ਤੁਹਾਡੇ ਤੋਂ ਅੰਗਰੇਜ਼ੀ ਚ ਕਹਿੰਦੇ ਫੋਨ ਅਵੇ, ਸਮਝੋ ਇੱਕ ਕਾਲ ਅਵੇ ਕਹੀਦਾ, ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ ਚ ਘੰਟੀ ਵਜਾਓ ਤੇ ਮੈਂ ਉੱਥੇ, ਜੇ ਨਾ ਕੋਈ ਗੱਲ ਸਹੁਰਾ ਤਾਂ ਮੈਂ ਸੁਣੇ। ਹੁਣ ਜੇ ਤੁਸੀਂ ਦੱਸੋ ਹੀ ਨਾ ਤੇ ਸੜਕ ਤੇ ਕੀ ਹੋ ਰਿਹਾ, ਜਿੰਨਾ ਚਿਰ ਕੋਈ ਦੱਸਦਾ ਨਹੀਂ ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਬਾਹਰ ਕੀ ਹੋ ਰਿਹਾ। ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੀ, ਉਹਨਾਂ ਦੀ ਆਪਣੀ ਤੇ ਕੋਈ ਪ੍ਰੋਬਲਮ ਨਹੀਂ, ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇੱਥੋਂ ਲੋਕਲਾਈਜ਼ਡ ਪ੍ਰੋਬਲਮ ਹੈ, ਅਸੀਂ ਉਹਦਾ ਹੱਲ 100% ਕਰਾਂਗੇ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ, ਆਪਣੇ ਵਰਕਰ ਸਾਥੀਆਂ ਦਾ, ਸਿੱਧੂ ਸਾਹਿਬ ਦਾ, ਆਪਣੇ ਪ੍ਰੈਸ ਦੇ ਭਰਾਵਾਂ ਦਾ ਜਿਹੜੇ ਲੇਟ ਨਾਈਟ ਆਏ ਨੇ ਉਹਨਾਂ ਸਾਰਿਆਂ ਦਾ ਮਸ਼ਕੂਰ ਆ। ਤੁਸੀਂ ਬਹੁਤ ਇੱਜ਼ਤ ਕਰਦੇ ਹੋ, ਬਹੁਤ ਮਾਣ ਕਰਦੇ ਹੋ ਤੇ ਜੇ ਯਕੀਨ ਕਰਦੇ ਹੋ ਸਾਬਲ ਕੌਰ ਸਿੰਘ ਜੀ, ਹੁਣ ਉੱਠ ਕੇ ਇੱਕ ਵਾਰ ਕਹਿ ਦਿਓ ਕਿ ਮੇਰਾ ਛੋਟਾ ਵੀਰ ਆਇਆ, ਮੈਂ ਉਹਦੀ ਜ਼ੁਬਾਨ ਤੇ ਵਿਸ਼ਵਾਸ ਕਰਨਾ। ਤੋ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ ਤੇ ਸਾਬਲ ਕੌਰ ਸਿੰਘ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡਾ ਜੋ ਵੀ ਸਾਥੀਆਂ ਦੀ ਕੋਈ ਗੱਲਬਾਤ ਹੈ ਤੁਸੀਂ ਮੇਰੇ ਨੋਟਿਸ ਲਿਆਂਦੀ, ਉਹਨਾਂ ਨੂੰ ਤੁਹਾਡੇ ਹੀ ਪੂਰਨ
ਤੁਹਾਡਾ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਕਿਹਾ ਜੋ ਜੋ ਵੀ ਤੁਹਾਡੇ ਹੁਕਮ ਹੋਣਗੇ ਪਾਰਟੀ ਪੂਰਾ ਤੁਹਾਡੇ ਮੁਤਾਬਕ ਚੱਲੇਗੀ ਹੈ, ਕੋਈ ਗਲਤ ਫਹਿਮੀ ਕੱਢ ਦਿਓ, ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਤੁਹਾਡਾ ਦਾਸ ਹੀ ਇੱਥੇ ਵੱਡਾ ਤੁਹਾਡੇ ਵਾਸਤੇ, ਤੁਹਾਡਾ ਹਰ ਇੰਟਰਸਟ ਵਾਚ ਕੀਤਾ ਜਾਏਗਾ, ਪਰਿਵਾਰ ਦਾ ਵੀ, ਆਪਣੇ ਵਰਕਰ ਸਾਹਿਬ ਦਾ ਵੀ। ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬਾਜਵਾ ਸਾਹਿਬ ਜੀ ਦੇ ਦਰਜੀ ਜਿਹੜੇ ਆਪਣੇ ਕੈਂਡੀਡੇਟ ਨੇ ਤੇ ਸਾਰੀਆਂ ਸੰਗਤ ਜਿੰਨੀ ਪੰਚ ਸਰਪੰਚ ਤੇ ਹੋਰ ਵੀ ਮੋਹਰਵਰ ਬੰਦੇ ਇੱਥੇ ਆਏ ਹਾਂ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਅੱਜ ਆਪਣੇ ਇਕੱਠੇ ਹੋਣ ਦਾ ਇੱਕੋ ਹੀ ਮਕਸਦ ਸੀ ਵੀ ਪਿਛਲੇ ਦਿਨ ਨਾ ਕੋਈ ਚਲੋ ਉੱਨੀ ਇੱਕੀ ਗੱਲਾਂ ਹੁੰਦੀਆਂ ਨੇ, ਮੇਨ ਗੱਲ ਸਾਡੇ ਵਾਸਤੇ ਨਾ ਕੋਈ ਐਮ ਪੀ ਏ ਵੱਡਾ ਹੈ ਨਾ ਐਮ ਐਲ ਏ ਵੱਡਾ ਸਾਡਾ ਹੈਗਾ ਜੋ ਆਖਦਾ ਨਿਆਂ ਵਾਸਤੇ ਵੱਡਾ, ਹਰ ਗੱਲ ਉਸ 'ਤੇ ਖੜੀ ਹੈ, ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਚਲੋ ਉਹ ਸਾਨੂੰ ਮਹਿਸੂਸ ਹੋਇਆ ਸੀ ਵੀ ਉਹਦੀ ਗੱਲ ਨਹੀਂ ਹੋ ਰਹੀ, ਇਸ ਕਰਕੇ ਅਸੀਂ ਇਹ ਗੱਲ ਆਪਦੀ ਰੱਖੀ ਸੀ ਵੀ ਉਦੋਂ ਘੱਟ ਸਾਡੀ ਗੱਲ ਕਿਤੇ ਬਣਦੀ ਨਹੀਂ, ਸਾਨੂੰ ਬਾਕੀ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈਗੀ। ਉਹ ਸਾਰੇ ਬਾਈ ਜੀ ਹੋਰਾਂ ਨੇ ਵਿਸ਼ਵਾਸ ਦਵਾਇਆ, ਧੰਨਵਾਦ ਇਹਨਾਂ ਦਾ। ਇਲੈਕਸ਼ਨ ਦਾ ਸਮਾਂ, ਮੈਂ ਤਾਂ ਇੱਕ ਵੱਖਰੀ ਜਿਹੀ ਵਿਚਾਰਧਾਰਾ ਦਾ ਬੰਦਾ, ਜੇ ਸ਼ਾਇਦ ਮੈਨੂੰ ਬੀ ਜੇ ਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕਰਦੇ ਨੇ ਵੀ ਆ ਜਾ ਇੱਥੇ ਆ ਜਾ, ਮੈਂ ਕਦੇ ਹਾਂ ਨਹੀਂ ਕਰਦਾ। ਵੱਡੀ ਗੱਲ ਹੈ, ਮੇਰੇ ਵਰਗ ਨੂੰ ਕਰਦਾ ਬੇਸ਼ੱਕ ਕੋਈ ਨਹੀਂ, ਪਰ ਸਾਡੀ ਜ਼ਮੀਰ ਇੰਨੀ ਜ਼ਰੂਰ ਮੰਨਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਕ ਦਾ ਹੀ ਕਤਲ ਕਰਵਾਤਾ ਯਾਰ, ਉਹਨਾਂ ਨਾਲ ਸਾਂਝ ਦਾ ਤਾਂ ਮੁੱਕ ਗਿਆ ਕਲੇਸ਼। ਉਹ ਮੇਰੇ ਵੀਰ ਨੇ ਕਹਿਤੀ ਸੀ ਨਾ ਵੀ ਕਈ ਵਾਰੀ ਚਲੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ, ਅਸੀਂ ਜਿੰਨੀ ਸਾਡੀ ਗਵਾਹ ਹੈ ਅਸੀਂ ਤੁਹਾਨੂੰ ਜਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡਦੇ, ਕਦੇ ਵੀ ਦੋਗਲੇ ਪਾਉਣ ਵਾਲਾ ਤਾਂ ਅੰਦਰ ਹਿਰਦੇ ਹੀ ਹੈ ਨਹੀਂ। ਪਰ ਇੱਕ ਗੱਲ ਜ਼ਰੂਰ ਇਹ ਹੈ, ਜੇ ਤੁਹਾਨੂੰ ਕੋਈ ਮੋਦੀ ਵਾਲੀ ਥਾਂ 'ਤੇ ਬਿਠਾਏ ਕਦੇ ਬੀਜੇਪੀ 'ਚ ਨਾ ਬਣੇ, ਬਸ ਇੱਕੋ ਹੀ ਗੱਲ ਹੈ ਸਾਨੂੰ ਇਸ ਗੱਲ ਤੋਂ, ਤਾਂ ਜਿਵੇਂ ਕਹਿੰਦੇ ਨਾ ਨਫ਼ਰਤ ਹੈ ਜਿੰਨੀ ਕਹਿੰਦੇ ਉਨੀ। ਬਹੁਤ ਕੁਛ ਮੈਂ ਸੁਣਦਾ ਤਾਂ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣੇ ਕੋਲ ਫੋਨ ਖੜਕੀ ਜਾਂਦੇ ਆ, ਅੱਜ ਦੀ ਡੇਟ ਸਾਨੂੰ ਗੱਲ ਦੱਸਣਾ ਵੀ ਆਪਾਂ ਤਾਂ ਚੋਣਾਂ ਦੀਆਂ ਗੱਲਾਂ ਕਰਦੇ ਹਾਂ ਵੀ ਸੀਟ ਲੈ ਲਓ ਸੀਟ ਲੈ ਲਓ, ਇਹ ਗੱਲ ਸਾਨੂੰ ਕਦੇ ਹੀ ਮਨਜ਼ੂਰ ਨਹੀਂ। ਸਾਨੂੰ ਰਾਹੀ ਰਾਹੀ ਗੱਲ ਦਾ ਪਤਾ ਹੈ ਬੱਚਾ ਕਿੱਥੋਂ ਹੋਇਆ ਕੀ ਪਲੈਨ ਕੀ, ਜਿੰਨਾ ਚਿਰ ਜਿਉਂਦਾ ਸੀ ਉਨਾ ਚਿਰ 100 ਮਤਭੇਦ ਹੁੰਦੇ ਨੇ, ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਅੰਜਾਮ ਇਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੇ ਵੀ ਦਿਲ ਹੈ ਨਾ, ਜਦੋਂ ਇਹ ਕਾਂਡ ਹੋਇਆ ਉਦੋਂ ਬਾਅਦ ਸਾਰਿਆਂ ਨੇ ਹੀ ਇਹਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਹੈ ਉਹ ਸਾਡੇ ਕੋਲ ਹੈਗੀ, ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ, ਨਾ ਇੱਥੋਂ ਵਾਲੀ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ, ਇਹ ਕੋਈ ਜਨਰਲ ਮਰਡਰ ਨਹੀਂ, ਕੋਈ ਕੋਈ ਗੈਂਗਸਟਰ ਬਾਤ ਨਾ, ਤਾਂ ਲੱਲਾ ਨਹੀਂ ਖੱਖਾ ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਇੱਕ ਇੰਨਾ ਕਾਗਜ਼ ਗੈਂਗਸਟਰ ਬਾਤ ਦਾ ਉਹਦੇ ਸੰਬੰਧ ਦਾ ਕੱਢ ਕੇ ਦਿਖਾ ਦਿਓ, ਅਸੀਂ ਘਰੇ ਬਹਿ ਜਾਂਗੇ ਕੇਸ ਹੀ ਵਾਪਸ ਲੈ ਲਾਂਗੇ। ਇਸ ਕਰਕੇ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲੈਨ ਕੀਤਾ ਹੋਇਆ ਕਤਲ ਹੈ, ਇਹਦੀ ਤਹਿ ਤੱਕ ਜਾਣਾ ਵੈਸ ਨੂੰ ਵੱਡੀ ਗੱਲ ਕਰਨ ਲੱਗਿਆ ਇਹ, ਅਸੀਂ ਰਾਹੁਲ ਗਾਂਧੀ ਵੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ, ਪਰ ਆਖਰ ਨੂੰ ਸਿਸਟਮ ਉਹੀ ਰਹਿਣਾ, ਸਾਨੂੰ ਪਤਾ ਵੀ ਜਿੱਥੇ ਜਾ ਕੇ ਇਹਦੇ